ਉਹਨਾਂ ਕੰਨਾਂ ਨੂੰ ਸਿੱਖਿਆ ਦਿੰਦੇ ਹਨ ਜੋ ਦਿਨ ਰਾਤ ਨਿੰਦਿਆ ਚੁਗਲੀ ਕਿੱਚ ਪਿੱਚ ਸੁਣਦੇ ਹਨ। ਕਹਿੰਦੇ ਹਨ, ਹੇ ਸਰਵਣੋ ਮੇਰਿਓ, ਸੱਚੇ ਸੁਣੇ ਨੂੰ ਪਠਾਏ, ਸੱਚੇ ਸੁਣੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਸ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ, ਹਰ ਅਲਖ ਵਡਾਣੀ, ਤਾਂ ਕਿ ਗਤ ਲਕੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚੇ ਸੁਣੇ ਨੂੰ ਪਠਾਏ। ਵਾਹਿਗੁਰੂ ਅੰਤਰਯਾਮੀ ਨੇ ਤੁਹਾਨੂੰ ਸਰੀਰ ਨਾਲ ਹਰੀਜਾ ਸੁਣਨ ਵਾਸਤੇ ਲਗਾਇਆ, ਨਿੰਦਿਆ ਚੁਗਲੀ ਝੂਠ ਮੂਠ ਕਿੱਚ ਪਿੱਚ ਸੁਣਨ ਵਾਸਤੇ ਨਹੀਂ ਲਗਾਇਆ। ਜੇਕਰ ਤੁਸੀਂ ਸਿਰਫ ਨਿੰਦਿਆ ਚੁਗਲੀ ਝੂਠ ਮੂਠ ਕਿੱਚ ਪਿੱਚ ਸੁਣ ਤਾਂ ਕਿ ਮਹਿਦੂਦ ਰਹਿਣਾ, ਤਾਂ ਤੁਹਾਡਾ ਇਹ ਫਰਜ਼ ਗਲਤ ਹੈ। ਇਸ ਕਰਕੇ ਤਾਂ ਗੁਰੂ ਜੀ ਇਹਨਾਂ ਭਾਈ ਸਾਹਿਬ ਗੁਰਦਾਸ ਕਹਿੰਦੇ ਹਨ, ਤ੍ਰਿਜ ਸਰਵਣ ਉਪਦੇਸ਼ ਬਿਨਾਂ ਸੁਣ ਸੁਰਤ ਨੂੰ ਧਰਣੀ। ਅਗਰ ਹਰੀ ਜਸ ਨਹੀਂ ਸੁਣਦੇ ਧਿਆਨ ਦੇ ਕੇ ਕੰਨ, ਤਾਂ ਉਹਨਾਂ ਨੂੰ ਧਿਕਾਰ ਯੋਗ ਦੱਸਿਆ। ਕੰਨਾਂ ਤੋਂ ਨੀਚੇ ਜ਼ਬਾਨ ਹੈ, ਜੇ ਬਸ ਜ਼ਬਾਨ ਨੂੰ ਵੀ ਐਵੀਂ ਕਹਿੰਦੇ ਹਨ, ਜੇ ਤੂੰ ਨਾਮ ਨਾ ਜਪੇ ਜੇ ਫਰਮਾਉਂਦੇ ਹਨ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀ ਹੈ, ਹਰ ਹਾਂ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ। ਜਿਹੜੇ ਨੇਤਰ ਸਾਧ ਸਾਧਨ ਸੰਪੰਨ ਪੁਰਸ਼ ਪੁਰਬ ਦੇ ਪਿਆਰਿਆਂ ਦਾ ਦਰਸ਼ਨ ਨਹੀਂ ਕਰਦੇ, ਉਹ ਨੇਤਰ ਦੁਖੀਏ ਹਨ। ਜਿਨ੍ਹਾਂ ਕੰਨਾਂ ਕਰਕੇ ਹਰੀ ਜਸ ਨਹੀਂ ਸੁਣਿਆ ਜਾਂਦਾ, ਉਹਨਾਂ ਕੰਨਾਂ ਵਿੱਚ ਕਹਿੰਦੇ ਸਿੱਕਾ ਢਾਲ ਦਿਓ। ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ, ਉਹਨੀ ਛੋਟੀ ਛੋਟੀ ਕਰਕੇ ਕੱਟ ਦਿਓ। ਹੇ ਜੇ ਭੇ ਤੁਝੇ ਕਰੋ ਸ਼ਤਖੰਡ, ਜਾਮ ਨਾ ਉਤਰੇ ਸ੍ਰੀ ਗੋਬਿੰਦ ਐ ਜ਼ਬਾਨ, ਤੇਰਾ ਕੱਟ ਕੇ ਸੌ ਟੁਕੜਾ ਕਰਦਿਆਂ, ਜੇ ਤੂੰ ਪਰਮੇਸ਼ਰ ਦਾ ਭਜਨ ਨਾ ਕਰੇ, ਹਰੀ ਜਸ ਨਾ ਉਚਾਰਨ ਕਰੇ। ਛੇ ਕਿਸਮ ਦੀ ਜ਼ਹਿਰ ਜਾਂ ਕੁੜੱਤਣ ਇਸ ਜ਼ਬਾਨ ਵਿੱਚ ਵਾਸਾ ਰੱਖਦੀ ਹੈ। ਜੇਕਰ ਹਰੀ ਜਸ ਨਾ ਕੀਤਾ ਜਾਵੇ, ਤੁਮਾ ਤੁਮੀ ਵਿਸ ਅਕਤ ਧੂਰਾ ਨਿੰਮ ਫਲ, ਮਨਮੁਖ ਵਸੇ ਤਿਸ ਜਿਸ ਤੋਂ ਚਿੱਤ ਨਾ ਆਵਹੀਂ। ਤੁਮਾ ਵੀ ਕੌੜਾ, ਤੁਮੀ ਵੀ ਅਕ ਵੀ ਧੂਰਾ ਨਿੰਮ ਫਲ ਜ਼ਹਿਰ, ਇਹ ਸਾਰੀਆਂ ਜ਼ਹਿਰਾਂ ਹਨ। ਉਹ ਜ਼ਬਾਨ ਤੇ ਵਸਦੀਆਂ ਹਨ ਜਿਹਦੇ ਨਾਲ ਹਰੀ ਜਸ ਨਾ ਕੀਤਾ ਜਾਏ। ਤਾਂ ਤੇ ਕਹਿੰਦੇ ਹਨ, ਇਹ ਜ਼ਬਾਨ ਸਫਲੀ ਤਦ ਹੁੰਦੀ ਹੈ
ਜੇ ਇਹਦੇ ਨਾਲ ਹਰੀ ਜਸ ਰੂਪੀ ਅੰਮ੍ਰਿਤ ਪਾਨ ਕੀਤਾ ਜਾਵੇ। ਹਰੀ ਜਸ ਅੰਮ੍ਰਿਤ ਹੈ, ਅਮਰ ਕਰਨ ਵਾਲੀ ਵਸਤੂ ਹੈ। ਨਿੰਦਿਆ ਚੁਗਲੀ ਵੀ ਜ਼ਬਾਨ ਨਾਲ ਹੀ ਹੁੰਦੀ ਹੈ, ਨਿੰਦਿਆ ਇਹ ਜੀਵ ਨੂੰ ਘੋਰ ਨਰਕਾਂ ਚ ਲੈ ਜਾਂਦੀ ਹੈ। ਇਉਂ ਦੱਸਦੇ ਹਨ, ਨਿੰਦਾ ਫਲੀ ਕਿਸੇ ਦੀ ਨਹੀਂ, ਮਨੁੱਖ ਲੋਕੀ ਕਰਦੇ ਨਾ।